ਸਤਿ ਸ਼੍ਰੀ ਅਕਾਲ ਜੀ ਸਾਰਿਆਂ ਵੀਰਾਂ ਨੂੰ। ਅੱਜ ਕਾਫੀ ਟਾਈਮ ਬਾਅਦ ਅਸੀਂ ਸਾਰੇ ਭਰਾ ਚੱਲੇ ਸੀ ਅੰਮ੍ਰਿਤਸਰ, ਅਤੇ ਮੈਂ ਇੱਥੋਂ ਫਰੀ ਸੀ ਅੱਜ, ਅਤੇ ਸੋਚਿਆ ਵੀ ਨਾਲੇ ਤੁਰ ਫਿਰ ਆਉਣੇ, ਨਾਲੇ ਇੱਕ ਦੋ ਚਾਰ ਕੰਮ ਸੀ, ਅਤੇ ਉਹਦੇ ਕਰਕੇ ਆਪਾਂ ਇੱਕ ਤਾਂ ਗੱਡੀ ਸਰਵਿਸ ਕਰਾਉਣੀ ਆ, ਅਤੇ ਥੋੜ੍ਹੀ ਬਹੁਤੀ ਸ਼ੋਪਿੰਗ ਕਰਨੀ, ਦੂਜਾ ਆਪਣਾ ਲੋਅਰ ਦੋ ਤਿੰਨ ਲੈਣੇ ਸੀ। ਉੱਥੇ ਆਸਟ੍ਰੇਲੀਆ ਤਾਂ ਲੋਕਡਾਊਨ ਆਇਆ, ਕੋਈ ਕੱਪੜਾ ਨਹੀਂ ਲਿਆ ਗਿਆ, ਇਸ ਕਰਕੇ ਅੱਜ ਅਸੀਂ ਫਿਰ ਸ਼ੋਪਿੰਗ ਕਰਾਂਗੇ ਨਾਲੇ ਥੋੜ੍ਹੀ ਬਹੁਤੀ, ਅਤੇ ਨਾਲੇ ਗੱਡੀ ਦੀ ਸਰਵਿਸ ਕਰਾਵਾਂਗੇ, ਅਤੇ ਆ ਜਾਓ ਫਿਰ ਤੁਹਾਨੂੰ ਲੈ ਕੇ ਚੱਲਦੇ ਹਾਂ ਨਾਲ। ਕਿਵੇਂ ਦਾ ਪਾਉਣਾ ਤੇਲ ਅੱਜ? ਇਕੱਠਾ ਹੀ ਪਾ ਲਈਏ ਸਾਲ ਦਾ, ਟੈਂਕੀ ਫੁੱਲ ਕਰਾ ਦਈਏ। ਆ ਜਾ ਵੀ, ਸਾਲ ਨਹੀਂ ਨਿਕਲਣਾ ਆਪਣਾ, ਫਿਰ ਦਿਨ ਦੋ ਤਿੰਨ ਨਿਕਲਣੇ ਆ। ਪਾਟ ਟੈਂਕੀ ਫੁੱਲ ਕਰ ਦਿਓ। ਅੱਛਾ ਵੀਰ ਜੀ, ਸਤਿ ਸ਼੍ਰੀ ਅਕਾਲ। ਯਾਰ ਵੀਰ ਜੀ, ਸਤਿ ਸ਼੍ਰੀ ਅਕਾਲ। ਟੈਂਕੀ ਕਰ ਦਿਓ ਫੁੱਲ ਫਿਰ। ਫੁੱਲ ਵੀਰ ਜੀ। ਹਾਂਜੀ। ਇਹ ਕੌਣ ਆ? ਇਹ YouTube। ਹੈ? YouTube। ਇਹ ਆਪਣੇ ਬੰਦੇ। ਅੱਛਾ ਅੱਛਾ। ਹਾਂ। ਪਾਓ ਫਿਰ। ਤੇਲ ਪਾ ਦਈਏ। ਹਾਂਜੀ। ਆਪਣੀ ਰਾਣੀ ਸੁੰਦਰਾ ਦੀ ਸੁਣੀ ਗਈ ਆ, ਅਤੇ ਸਰਵਿਸ ਹੋਣ ਲੱਗੀ ਇਹਦੀ, ਨਹਾਈ ਧੋਈ ਵੀ ਹੋ ਗਈ, ਅਤੇ ਲੈ ਕੇ ਚੱਲੇ ਅੰਦਰ। ਮਨਜਿੰਦਰ ਕਿੰਨੇ ਚਿਰ ਬਾਅਦ ਸੁਣੀ ਗਈ ਇਹਦੀ? ਵਾਹ ਵਾਹ, ਲੰਮੇ ਲੰਮਾ ਹੀ ਟਾਈਮ ਹੋ ਗਿਆ, ਅਤੇ ਹੁਣ ਇਹਦੀ ਚੰਗੀ ਤਰ੍ਹਾਂ ਸਰਵਿਸ ਹੋ ਗਈ ਸਾਰੀ ਦੀ। ਕਾਫੀ ਟਾਈਮ ਬਾਅਦ ਬਾਹਰੋਂ 6 ਮਹੀਨੇ ਖਲੋਤੀ ਵੀ ਰਹੀ ਆ, ਅਤੇ ਹੁਣ ਆਪਾਂ ਇਹਦੀ ਕਰਾਵਾਂਗੇ ਸਰਵਿਸ, ਅਤੇ ਜਿਹੜਾ ਕੋਈ ਨਿੱਕਾ ਮੋਟਾ ਕੰਮ ਆ ਉਹ ਵੀ ਨਾਲ ਹੋਊਗਾ ਸਾਰਾ ਇਹਦਾ। ਭਾਅ ਖੁੱਲ੍ਹ ਗਿਆ। ਨਾਲੇ ਮੈਂ ਥਾਰ ਆਈ ਨਵੀਂ, ਇੱਕ ਉਹ ਵੀ ਦਿਖਾਉਣਾ ਤੁਹਾਨੂੰ, ਥਾਰ ਨਵਾਂ ਮਾਡਲ ਆ ਗਿਆ ਵਾ, ਤੁਹਾਨੂੰ ਦਿਖਾਉਣਾ। ਦੱਸਿਓ ਕਿੱਦਾਂ ਕਰਕੇ, ਮੈਸੇਜ ਕਰਕੇ ਕਮੈਂਟ ਕਰਕੇ ਦੱਸੋ ਵੀ ਕਿੱਦਾਂ ਲੱਗੀ ਆ ਨਿਊ ਥਾਰ, ਨਵਾਂ ਮਾਡਲ ਆਇਆ ਥਾਰ ਦਾ, ਮੈਸੇਜ ਕਰਕੇ ਦੱਸੋ ਵੀ ਕਿਵੇਂ ਆ। ਹਾਂਜੀ, ਆਪਾਂ ਹੁਣ ਏਜੰਸੀ ਦੇ ਵਿੱਚ ਜਿਵੇਂ ਪਹੁੰਚ ਚੁੱਕੇ ਹਾਂ, ਅਤੇ ਗੱਡੀ ਸਰਵਿਸ ਲਈ ਲੱਗੀ ਹੋਈ ਆ, ਅਤੇ ਅਸੀਂ ਵੇਟਿੰਗ ਰੂਮ 'ਚ ਬੈਠੇ ਹਾਂ, ਅਤੇ ਵੇਟ ਕਰਨੀ ਬਹੁਤ ਔਖੀ ਲੱਗ ਰਹੀ ਹੈ। ਹੈ ਮਨਜਿੰਦਰ, ਵੇਟ ਕਰਨੀ ਕਿੰਨੀ ਕੁ ਔਖੀ ਹੈ? ਬਹੁਤ ਔਖੀ ਹੈ। ਐਂ ਦੀ ਵੇਟ ਕਰਦੇ ਹਾਂ ਅਸੀਂ ਗੱਡੀ ਦੀ, ਅਤੇ ਗੈਸਟ ਰੂਮ 'ਚ ਬੈਠੇ ਮੁੰਡੇ, ਚਾਹ ਪਾਣੀ ਦੀ ਵੇਟ ਕਰ ਰਹੇ। ਕੌਫੀ ਆਵੇ? ਹੈਂ, ਕੌਫੀ ਪੀਣੀ? ਕਰਦੇ ਹਾਂ ਔਡਰ। ਲਓ ਜੀ, ਹਰਮਨ ਨੂੰ ਅੰਕਲ ਜੀ ਗਿਫਟ ਕਰ ਰਹੇ ਫਿਰ ਜਨਮਦਿਨ 'ਤੇ। ਜਨਮਦਿਨ 'ਤੇ ਮੁੰਡੇ ਦੇ, ਕਿੰਨੀ ਨੂੰ ਜਨਮਦਿਨ? 30 ਜਨਵਰੀ। 30 ਜਨਵਰੀ ਨੂੰ, ਅਤੇ ਅੰਕਲ ਗਿਫਟ ਕਰ ਰਹੇ ਆ ਹਰਮਨ ਦੇ ਫਾਦਰ ਸਾਹਿਬ ਬੁਲਟ, ਬੁਕਿੰਗ ਕਰਾਉਣ ਆਏ ਅੱਜ। ਬਲੈਕ ਕਲਰ ਬੁਲਟ, ਵਧਾਈਆਂ ਫਿਰ ਹਰਮਨ ਨੂੰ, ਵਧਾਈਆਂ ਬਹੁਤ ਬਹੁਤ। ਥੈਂਕ ਯੂ। ਖੁਸ਼ ਆ? ਵਧੀਆ ਅੰਕਲ ਜੀ, ਮੈਂ ਮੁੱਲ ਵੀ ਮੋੜਨਾ ਸਿਆਲ ਚੈਰ ਕੀ, ਜਿੱਤ ਕੇ ਵੀ ਖਾਵੇ ਹਰ ਕੋਈ ਬੁਲਟਾ, ਕਹੋ ਇਹਨੂੰ ਮੜਾਇਆ। ਜੇ ਨਹੀਂ ਤਾਂ ਫਿਰ ਖੋਲਿਓ ਜੇ ਕੋਈ, ਯਾਰ ਕੀ ਕੀਤਾ ਨਾ। ਵਧਾਈਆਂ ਫਿਰ ਤੋਂ ਬਹੁਤ ਬਹੁਤ ਵੀ। ਫੌਜੀ ਕਲਰ ਵੀ ਦੇਖ ਰਿਹਾ ਮੁੰਡਾ, ਫੌਜੀ ਕਲਰ ਆ, ਇੱਕ ਸਿਲਵਰ ਆ, ਸਿਲੈਕਟ ਕਰਨ ਦਾ ਵੇਖੋ ਕਿਹੜਾ ਲੈਂਦਾ ਮੁੰਡਾ। ਹਰਮਨ ਕਿੱਦਾਂ, ਮਨ ਫੁਰਕਦਾ ਨਹੀਂ? ਆਹ ਕਲਰ ਕਿੱਦਾਂ ਲੱਗਾ? ਵਧੀਆ ਅੰਕਲ ਜੀ, ਤੁਹਾਨੂੰ ਕਿੱਦਾਂ ਲੱਗਾ? ਫਿਰ ਵੀ ਇੰਜਨ ਆਨ ਆਫ ਕਰੋਗੇ ਨਾ ਫਿਰ।
ਮੜੀ ਸਮਾਈਲ ਦੇ ਕੇ ਦੱਸ ਇਧਰ ਨੂੰ ਕਰਕੇ ਵਧੀਆ ਲੱਗਦਾ ਵੇਖ ਲਾ ਬਾਕੀ ਬਹੁਤ ਚਲਾਉਣਾ ਤੂੰ ਆ ਅਸੀਂ ਤੇ ਸਲਾਹ ਲਈ ਆ ਲਓ ਜੀ ਆਪਣੀ ਰਾਣੀ ਸੁੰਦਰਾ ਹੋ ਚੁੱਕੀ ਆ ਰੈਡੀ ਹੁਣੇ ਅਜੇ ਗੱਡੀ ਮਿਲੀ ਆਪਾਂ ਨੂੰ ਅਤੇ ਹੁਣ ਟਿਪ ਟੋਪ ਹੋ ਗਿਆ ਕੰਮ ਸਾਰਾ ਅਤੇ ਹੁਣ ਆਪਾਂ ਚੱਲਾਂਗੇ ਬੈਸਟ ਪ੍ਰਾਈਜ਼ ਆਪਾਂ ਥੋੜ੍ਹਾ ਜਿਹਾ ਸਮਾਨ ਲੈਣਾ ਅਤੇ ਉਸ ਤੋਂ ਬਾਅਦ ਫਿਰ ਆਪਾਂ ਥੋੜ੍ਹੀ ਜਿਹੀ ਸ਼ੋਪਿੰਗ ਕਰਾਂਗੇ ਸਾਰਾ ਕੰਮ ਹੋ ਗਿਆ ਲਓ ਜੀ ਆਪਾਂ ਆ ਗਏ ਬੈਸਟ ਪ੍ਰਾਈਜ਼ ਅਤੇ ਆਪਾਂ ਹੁਣ ਥੋੜ੍ਹੀ ਬਹੁਤੀ ਇੱਥੋਂ ਸ਼ੋਪਿੰਗ ਕਰਨੀ ਆ ਸਮਾਨ ਲੈਣਾ ਘਰ ਦਾ ਕੱਲ੍ਹ ਨੂੰ ਆਪਣੇ ਪੈ ਰਿਹਾ ਲੈਂਟਰ ਘਰ ਅਤੇ ਉਹ ਕੁਝ ਸਮਾਨ ਖੜ੍ਹਨਾ ਅਤੇ ਕੁਝ ਖਾਣ ਪੀਣ ਲਈ ਕੁਝ ਉੱਦਾਂ ਸਮਾਨ ਖੜ੍ਹਨਾ ਅਤੇ ਨਾਲ ਆਪਣੇ ਵੱਡੇ ਮੱਲ ਪਹੁੰਚੇ ਹੋਏ ਆ ਅਤੇ ਇੰਦਰਜੀਤ ਸਿੰਘ ਵੀ ਪਹੁੰਚਿਆ ਆ ਹਰਮਨ ਜਲਾਲਪੁਰੀਆ ਵੀ ਆ ਸਪੈਸ਼ਲ ਤੌਰ 'ਤੇ ਅਤੇ ਨਾਲ ਨਦੌਰ ਵਾਲਾ ਮੁੰਡਾ ਵੀ ਆਇਆ ਬਹਿਰੀਨ ਦਾ ਬੈਸਟ ਰੇਡਰ ਵਿਸ਼ੇਸ਼ ਤੌਰ ਲਓ ਜੀ ਪਹਿਲੀ ਵਾਰੀ ਅਸੀਂ ਲੈਂਦੇ ਹਾਂ ਸਮਾਨ ਸਾਰਾ ਘਰ ਦਾ ਦਾਣਾ ਦੂਣਾ ਤਾਂ ਸਾਨੂੰ ਨਾਂ ਨੂੰ ਤਾਂ ਪਤਾ ਨਹੀਂ ਸਾਡੀ ਕੋਈ ਵੀਰ ਨੇ ਇੱਥੇ ਹੈਲਪ ਕੀਤੀ ਹੈ ਅਤੇ ਆਹ ਵੀ ਮੇਰੇ ਵਰਗਾ ਹੀ ਆ ਅਤੇ ਉਹਨਾਂ ਨੂੰ ਨਾ ਪਤਾ ਲੱਗੋ ਦਾਣਾ ਦੂਣਾ ਤਾਂ ਇਹਨੂੰ ਇਹਨੂੰ ਵੀ ਨਹੀਂ ਪਤਾ ਪੁੱਛ ਪੁੱਛ ਕੇ ਸਾਰਦੇ ਹਾਂ ਅਸੀਂ ਅਤੇ ਆਹ ਸਾਡਾ ਜਿਹੜਾ ਮੁੰਡਾ ਹਿਸਾਬ ਲਿਖ ਰਿਹਾ ਸਾਰਾ ਪਤਾ ਲੱਗਦਾ ਦਾਣਾ ਦੂਣਾ ਕਿਹੜੀਆਂ ਹੈ ਨਿਸ਼ਾਨੀ ਲਾ ਰਿਹਾ ਨਾਲ ਜਿਹੜੀ ਝੀਲ ਲੈਂਦਾ ਉਹਦੀ ਨਿਸ਼ਾਨੀ ਲਾਈ ਜਾਂਦਾ ਮਾਰਕ ਕਰੀ ਜਾਂਦਾ ਵਾ ਹੁਣ ਕੀ ਲੈਣਾ ਆਪਾਂ ਹੁਣ ਰਿਫਾਇੰਡ ਲੱਭਣ ਦਿਆ ਮੁੰਡਾ ਵੇਖੋ ਹੁਣ ਕਿੱਥੋਂ ਲੱਭਦਾ ਰਿਫਾਇੰਡ ਰਿਫਾਇੰਡ ਕਿੱਥੇ ਆ ਕਿਹੜਾ ਇਹਨਾਂ ਚੋਂ ਇਹਨਾਂ ਚੋਂ ਹੈ ਕਿਹੜਾ ਹੁਣ ਵੇਖੋ ਹੈ ਵੀ ਰਿਫਾਇੰਡ ਕਿਹੜਾ ਵਧੀਆ ਹੁੰਦਾ ਪਾ ਤਾਂ ਪਤਾ ਨਹੀਂ ਕੁਛ ਹੈ ਰਿਫਾਇੰਡ ਕਿਹੜਾ ਵਧੀਆ ਹੁੰਦਾ ਕਿਹੜਾ ਆੜਾ ਆ ਇਹ ਕਿੰਨੇ ਕਿਲੋ ਦੀ ਕਿੰਨੀ ਪੰਜ ਕਿਲੋ ਦੋ ਕਿਲੋ ਚਾਹੀਦਾ ਜੀ ਆੜੀਆਂ ਦੋ ਬੋਤਲਾਂ ਰੱਖੋ ਜੀ ਚੁੱਕਲਾ ਇਹ ਕਿਹੜਾ ਓਲੀਵ ਓਇਲ ਹੁੰਦਾ ਜਿਹੜਾ ਉਹ ਕਿਹੜਾ ਵਧੀਆ ਆਹ ਵਧੀਆ ਹੁੰਦਾ ਆਹ ਇਹ ਕਿੱਦਾਂ ਹੁੰਦਾ ਇਹ ਨਹੀਂ ਤਾਂ ਵਧੀਆ ਕਿਹੜਾ ਵਧੀਆ ਨਾ ਆਹ ਦੋਵੇਂ ਠੀਕ ਹੈ ਬਾਕੀ ਸਮਾਨ ਤਾਂ ਆਪਾਂ ਵਾਹਵਾ ਲੈ ਲਿਆਉਣਾ ਆਪਾਂ ਬਿਸਕੁਟ ਭੁਜੀਆ ਲੈਣ ਵਾਲੇ ਸੀ ਬਾਕੀ ਤਾਂ ਉੱਦਾਂ ਹੀ ਚੇਂਜ ਕਰ ਤੂੰ ਆ ਵੇ ਵੇ ਯਾ ਵੀ ਕਿਹੜਾ
लो जी इस टाइम आपां बैठे हाँ अल्फा वन ते हुण पेट पूजा कर लगे हाँ सवेर दा अज कुछ नहीं खादा मुंडिया ने भी ते भुख बहुत लगी आ भुख किन्नी कि लगी आ भुख लगी हुण काफ़ी ते हुण असीं के एफ सी ऑर्डर करके हटे हाँ ते बैठे हाँ सारे इकट्ठे और एक मुंडा शूटिंग कर लगा तो फोटो वेखो ये है सैल्फी कर रहा देखो इंद्रजीत फोटो कर रहा वा तो जलालपुरिया भी बैठा भुख पूरी लगी हम मुंडिया बस हम खान की वेट कर दे तो इंद्रजीत फोटो शूट करके डाया ही उन्हें इंद्रजीत कि फिट वा तो भुख नहीं कि लगी आ सवेर का मुंडिया कुछ नहीं खादा तो सवेर का ही समान समून लेंदे रहे तो थोड़ा बहुत लिया समान तो बाकी हूँ फिर हम पेट पूजा करके खा पी गए तो हूँ फिर बाद देखते हैं कुछ लो जी भी समान सारा आ गया खान का चिकन के एफ सी मुंडे खा रहे हैं किमें होना होया सरा जा नहीं बड़ी गल सवेर के भुखे ले फिर बंदे इधर मुंडे वाले पार्टी बनी है बुलेट बुकिंग हो गई अज फादर साहब वालों बुलेट जन्मदिन से खुश हाँ पूरा अज बापू तो बहुत रिलीजन पूरी कर रहा है बापू शौक पूरे करता मुंडे के पूरे बस इन यो आता भी खेड नज़ारे लै कुछ बन के विखा दे शौक सारे पूरे करता है गड्डी भी लै गए थी हम बुलेट देन लगा जन्मदिन से तुही तुही कुछ करके दिखाओ है करो भी कुछ यार की सीजन पहला इधर इस साल इंद्रजीत की वक्री तैयारी है वाहगुरु मेहर करे लो जी शॉपिंग हो गई तो पसीने पसीने भी हो गए जोर लग गए मैच ही खेडा एक हिसाब का तो बड़े जोर नाल दो लोअर ले आ बड़े औखे आए वो भी तो सैज में कड़ा छेती एक आता आ तो नाल मुंडिया का भी जोर लगे सारे लभण दे हाँ जी किदा लगा फिर बड़े औखे लोअर आए पंद्रह भी पा के वेखे घट्टो घट्ट होने तो रीबॉक च बड़े ही साइज साइज तो बाहरों मैं लै आना अगे तो हूँ तुम पता सारा कुछ उत्थे भी बंद ही तो उतों भी कुछ नहीं मिले तो हूँ बड़े जोर ना दो लोअर ले टाइम पास चलो तो बाकी कमेंट करके जरूर दस्यो अपना जरा ब्लॉग तुम कि लगा तो अपन नवी नवी वीडियो लैके तुहाडे नाल आउंदे रहांगे बाकी अगला मैच अपना हम आप खेडांगे 16 तरीक न अमर तौलख अपने भरा दे पिंड मिलते हैं सारे आप जलालपुरिया तो कुछ कहना चाहते हो नहीं 16 कहिंदा भी मिलांगे मुंडां दा ते बाकी मारांगे जोर वाहिगुरू कृपा करे ते बाकी इस तरह अपने चैनल नाल जुड़ो तो नवी नवी वीडियो लैके आप आते रहेंगे तो बाकी लव यू है सारे सत श्री अकाल।